ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਅੱਜ ਆਪਦਾ ਦੂਜਾ ਵਲੌਗ ਆਪਾਂ ਸ਼ੁਰੂ ਕਰਨ ਲੱਗੇ ਹਾਂ ਅਤੇ ਅੱਜ ਜਾਵਾਂਗੇ ਆਪਾਂ ਟੋਰਾਂਟੋ ਟੂ ਐਲਏ ਕੈਲੀਫੋਰਨੀਆ ਦੇ ਵਿੱਚ ਅਤੇ ਆਪਾਂ 9000 ਕਿਲੋਮੀਟਰ ਦੇ ਅਰਾਊਂਡ ਆਪਾਂ ਟਰੱਕ ਚਲਾਵਾਂਗੇ ਟੋਟਲ ਇਸ ਟ੍ਰਿਪ ਦੇ ਵਿੱਚ ਅਪ ਡਾਊਨ ਆਪਣਾ 9000 ਹੋ ਜਾਣਾ ਅਤੇ ਆਪਾਂ ਫਰੋਜ਼ਨ ਗੁੜਸ ਲੈ ਕੇ ਚੱਲੇ ਹਾਂ ਬੇਕਰੀ ਦੀ ਕੁਛ ਆਈਟਮਸ ਆ ਆਪਣੇ ਕੋਲ ਅੱਜ ਅਤੇ ਆਪਾਂ ਉੱਥੇ ਐਲਏ ਡਿਲੀਵਰ ਕਰਾਂਗੇ ਅਤੇ ਉੱਧਰੋਂ ਆਪਾਂ ਮੋਸਟਲੀ ਆਪਾਂ ਪ੍ਰੋਡਿਊਸ ਹੀ ਲੈ ਕੇ ਆਉਣੇ ਹੁੰਦੇ ਆ ਫਰੂਟਸ ਜਾਂ ਸਬਜ਼ੀਆਂ ਵਗੈਰਾ ਅਤੇ ਉੱਧਰੋਂ ਉਹ ਲੈ ਕੇ ਆਵਾਂਗੇ ਵਾਪਸੀ 'ਤੇ ਅਤੇ ਮੇਰੇ ਨਾਲ ਆ ਮਨਦੀਪ ਕਹਿ ਬਈ ਹੈਲੋ ਸਾਰਿਆਂ ਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਗਈ ਤੇਰੀ ਸਤਿ ਸ਼੍ਰੀ ਅਕਾਲ ਕਬੂਲ ਇਹ ਬੋਲਦਾ ਬਹੁਤ ਘੱਟ ਆ ਅਤੇ ਪਹਿਲਾ ਵਲੌਗ ਆਪਾਂ ਬਣਾ ਲਿਆ ਪੰਗਾ ਇਹ ਪੈ ਗਿਆ ਵੀ ਆਪਾਂ ਨੂੰ ਐਡਿਟ ਨਹੀਂ ਕਰਨਾ ਆਉਂਦਾ ਸੀ ਮਸਾਂ ਮੱਥਾ ਮੁੱਥਾ ਮਾਰ ਕੇ ਐਡਿਟ ਕੀਤਾ ਪਰ ਹਾਲੇ ਤੱਕ ਉਹ ਅਪਲੋਡ ਨਹੀਂ ਹੋਇਆ ਹੁਣ ਅਪਲੋਡ ਕਰਾਂਗੇ ਫਿਰ ਥੰਬਨੇਲ ਨਹੀਂ ਬਣਾਉਣਾ ਆਉਂਦਾ ਜੀ ਐਡਿਟ ਕਰ ਲਿਆ ਤਾਂ ਫਿਰ ਯੂਟਿਊਬ 'ਤੇ ਮੱਥਾ ਮਾਰ ਕੇ ਵੀ ਕਿਵੇਂ ਕਰੀਗਾ ਸਾਰਾ ਕੁਝ ਦੇਖ ਦੂਖ ਕੇ ਅਤੇ ਹੁਣ ਮਾੜਾ ਜਿਹਾ ਕੰਮ ਸੈੱਟ ਕੀਤਾ ਗਾ ਅਤੇ ਹੁਣ ਲੈਂਦੇ ਹਾਂ ਆਪਾਂ ਟਿਮ ਤੋਂ ਚਾਹ ਅਤੇ ਫਿਰ ਆਪਾਂ ਚੱਲਦੇ ਹਾਂ ਹੈਲੋ Can I get one medium steep tea triple triple? एक double double लेना भी। Yeah, one steep tea, medium steep tea double double. One medium steep tea triple triple, one medium steep tea double double. Yeah, that's all. ਯਾਰ ਚ ਆਪਾਂ ਆ ਗਏ ਹਾਂ ਅਤੇ ਅੱਜ ਆਪਾਂ ਇਹਦੀ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਇੰਸਪੈਕਸ਼ਨ ਸ਼ੁਰੂ ਲਾਸਟ ਆਪਣਾ ਜਿਹੜਾ ਬਲੌਗ ਸੀਗਾ ਉਹ ਰਾਤ ਨੂੰ ਹਨੇਰਾ ਸੀਗਾ ਜਦੋਂ ਆਪਾਂ ਇੱਥੋਂ ਤੁਰੇ ਹਾਂ ਯਾਰ ਦੇ ਵਿੱਚੋਂ ਅਤੇ ਉਦੋਂ ਕੋਈ ਇੰਨਾ ਪਤਾ ਨਹੀਂ ਲੱਗਣਾ ਸੀਗਾ ਇੰਸਪੈਕਸ਼ਨ ਦੇ ਵਿੱਚ ਵੀ ਕੀ ਕੁਛ ਚੈੱਕ ਕਰਦਾ ਸਾਰਾ ਕੁਛ ਅੱਜ ਪਹਿਲਾਂ ਹੀ ਡਨ ਕਰਕੇ ਰੱਖਿਆ ਮੈਨੀਫੈਸਟ ਵਗੈਰਾ ਕਢਵਾਉਣੇ ਹੁੰਦੇ ਉਹ ਆਪਾਂ ਸ਼ੁਰੂ 'ਚ ਕਢਵਾ ਲਿਆ ਅਤੇ ਵੇਟ ਆਪਣੇ ਕੋਲ ਕੋਈ ਜ਼ਿਆਦਾ ਹੈ ਨਹੀਂ ਤਾਂ ਆਪਾਂ ਨੂੰ ਉਹਦੇ ਵਾਸਤੇ ਬ੍ਰੇਕ ਮਾਰਨੀ ਪੈਂਦੀ ਆ ਉੱਥੇ ਜਦੋਂ ਆਪਾਂ ਸਕੇਲ ਵਗੈਰਾ ਕਰਵਾਉਣੀ ਹੁੰਦੀ ਆ 20,000 ਪਾਉਂਡ ਹੀ ਆਪਣੇ ਕੋਲ ਜਿਹੜਾ ਆਪਾਂ ਲੈ ਕੇ ਚੱਲੇ ਅਤੇ ਤਾਂ ਕਰਕੇ ਕੋਈ ਲੋੜ ਨਹੀਂ ਹੈ ਸਕੇਲ ਦੀ ਅਤੇ ਚਲੋ ਵੀ ਚੱਲਦੇ ਹਾਂ ਫਿਰ ਮਿਲਦੇ ਹਾਂ ਆਪਾਂ ਹੁਣ ਬਾਰਡਰ ਚਾਹ ਲੈਣੀ ਸੀਗੀ ਟਿਮ ਤੋਂ ਅੱਗੇ ਸਾਰੇ ਹੁਣ ਆਪਾਂ ਨੂੰ ਕੌਫੀ ਪੀਣੀ ਪੈਣੀ ਚਾਰ ਪੰਜ ਦਿਨ ਉਹ ਇੰਨੀ ਸਵਾਦ ਜੀ ਨਹੀਂ ਲੱਗਦੀ ਅਤੇ ਟਿਮ ਦੀ ਚਾਹ ਲਈ ਆਪਾਂ ਅਤੇ ਕੇਸ ਗਿਆ ਵੀ ਚਲੋ ਰੋਟੀ ਵਾਲਾ ਕੰਮ ਵੀ ਇੱਥੇ ਹੀ ਫਿਨਿਸ਼ ਕਰ ਦਿੰਦੇ ਕਿਉਂਕਿ ਸੱਤ ਹੋ ਗਏ ਨੇ ਅਤੇ ਹੁਣ ਰੋਟੀ ਖਾ ਲਾਂਗੇ ਅਤੇ ਇਦੂ ਬਾਅਦ ਆਪਾਂ ਕਰਾਂਗੇ ਬਾਰਡਰ ਕਰੋਸ ਅਤੇ ਆ ਜਾਓ ਫਿਰ ਖਵਾਈਏ ਤੁਹਾਨੂੰ ਵੀ ਰੋਟੀ ਆਪਾਂ ਰੋਟੀ ਦੇ ਵਿੱਚ ਆਪਾਂ ਇੱਕ ਅੱਜ ਗਲਤੀ ਹੋ ਗਈ ਵੀ ਜਿਹੜੀ ਆਪਾਂ ਭਾਂਡਾ ਲਿਆਉਣੇ ਹੁੰਦੇ ਨਾ ਗਰਮ ਕਰਨ ਨੂੰ ਉਹ ਘਰੇ ਭੁੱਲਿਆ ਅੱਜ ਲੈ ਕੇ ਨਹੀਂ ਕਿਉਂਕਿ ਆਪਾਂ ਕੱਚ ਦਾ ਲਿਆਉਣਾ ਹੁੰਦਾ ਅਤੇ ਉਹਦੇ 'ਚ ਪਾ ਕੇ ਗਰਮ ਕਰ ਲੈਂਦੇ ਹਾਂ ਬਾਊਲ ਦੇ ਵਿੱਚ ਅਤੇ ਹੁਣ ਟਿਮ ਵਾਲਿਆਂ ਤੋਂ ਕਿਹਾ ਉਹਨਾਂ ਨੂੰ ਕਿਹਾ ਜੀ ਸਾਨੂੰ ਦੋ ਕੁ ਬਾਊਲ ਲਾਈਆਂ ਦਿਓ ਅਸੀਂ ਉਹ 'ਚ ਸਬਜ਼ੀ ਵਗੈਰਾ ਪਾਉਣੀ ਆ ਮਟਰ ਪਨੀਰ ਆ ਗਿਆ ਆਪਣਾ ਖੀਰੇ ਆ ਗਏ ਰੋਟੀਆਂ ਆ ਗਈਆਂ ਦਹੀਂ ਆ ਗਈ ਅਤੇ ਇੱਧਰ ਚਾਹ ਆ ਗਈ ਟਿਮ ਤੋਂ ਅਤੇ ਫਰਿੱਜ ਵੀ ਆਪਣੀ ਫੁੱਲ ਆ ਸਬਜ਼ੀਆਂ ਸੁਬਜ਼ੀਆਂ ਆਪਣੇ ਕੋਲ ਵਾਧੂ ਨੇ ਦੁੱਧ ਪਿਆ ਦਹੀਂ ਪਈ ਹੈਗੀ ਅਤੇ ਤਿੰਨ ਹੋਰ ਸਬਜ਼ੀਆਂ ਪਈਆਂ ਬੰਦ ਗੋਭੀ ਹੈਗੀ ਆਲੂ ਮਟਰ ਅਤੇ ਆਲੂ ਛੋਲੇ ਆ ਅਤੇ ਚਲੋ ਹੁਣ ਅਸੀਂ ਖਾਣ ਲੱਗਦੇ ਹਾਂ ਰੋਟੀ ਅਤੇ ਹੁਣ ਆਪਾਂ ਇਸ ਤੋਂ ਬਾਅਦ ਅਮੈਰੀਕਾ 'ਚ ਹੀ ਮਿਲਦੇ ਹਾਂ ਆਪਾਂ ਇੰਡੀਆਨਾ ਪੋਲਿਸ ਲੰਘੇ ਹਾਂ ਅਤੇ ਬਾਹਰ ਨੂੰ ਘੋ ਰਹੇ ਹਾਂ ਵੀ ਥੋੜ੍ਹਾ ਥੋੜ੍ਹਾ ਮੀਂਹ ਪਈ ਜਾਂਦਾ ਪਹਿਲਾਂ ਕਾਫੀ ਦੇਰ ਸੀਗਾ ਹੁਣ ਥੋੜ੍ਹਾ ਘੱਟ ਗਿਆ ਅਤੇ ਬਸ ਇਹੀ ਆ ਵੀ ਮੀਂਹ ਤੋਂ ਇੱਕ ਹਿਸਾਬ ਦੇ ਨਾਲ ਆਪਣਾ ਆਇਓ ਤੋਂ ਸ਼ੁਰੂ ਹੋ ਗਿਆ
3:30 ਦਾ ਤੇ 10 ਘੰਟੇ ਆਪਾਂ ਟੋਟਲ ਡਰਾਈਵ ਕੀਤੀ ਆ ਏ ਸ਼ਿਫਟ ਦੇ ਵਿੱਚ ਸ਼ਿਫਟ ਆਪਣੀ ਓਵਰ ਹੋ ਗਈ ਆ ਤੇ 1100 ਕਿਲੋਮੀਟਰ ਦੇ ਕਰੀਬ ਆਪਾਂ ਕੱਢਤਾ ਗਾ ਤੇ ਆਪਾਂ ਹੈਗੇ ਆ ਫਿੰਗਮ ਦੇ ਨੇੜੇ ਤੇ ਲਿਓਨਾ ਸਟੇਟ ਦੇ ਵਿੱਚ ਤੇ ਉਹਨੇ ਤਾਂ ਤੇਲ ਵਗੈਰਾ ਪਵਾ ਲੈਂਦੇ ਆ ਓਕਲਾਹਾਮਾ ਲੰਘਿਆ ਓਕਲਾਹਾਮਾ ਸਿਟੀ ਓਕਲਾਹਾਮਾ ਸਟੇਟ ਦੇ ਵਿੱਚ ਹੀ ਆਪਾਂ ਅਤੇ ਹੁਣ ਇੱਥੇ ਅਸੀਂ ਰੁਕੇ ਸੀਗੇ ਇੱਕ ਤਾਂ ਅਸੀਂ ਸ਼ਿਫਟ ਚੇਂਜ ਕਰਨੀ ਸੀ ਕਿਉਂਕਿ ਮਨਦੀਪ ਚਲਾ ਰਿਹਾ ਸੀ ਸੁਬਾਹ 3:30 ਨੂੰ ਫੜਾ ਦਾ ਹੀ ਟਰੈਕ ਆਪਾਂ ਅਤੇ 4 ਵੱਜ ਗਏ ਹੈਗੇ ਅਤੇ ਅਰਾਊਂਡ ਸਾਡਾ ਹੁਣ ਜਿਹੜਾ ਰਹਿ ਗਿਆ 2117 ਕਿਲੋਮੀਟਰ ਸਾਡਾ ਰਹਿ ਗਿਆ 19 ਘੰਟੇ ਦੀ ਡਰਾਈਵ ਆ ਅਤੇ ਡਿਲੀਵਰੀ ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਅਤੇ ਆਰਾਮ ਦੇ ਨਾਲ ਆਪਾਂ ਪਹੁੰਚ ਜਾਣਾ ਡਿਲੀਵਰੀ ਲੋਕੇਸ਼ਨ 'ਤੇ ਅਤੇ ਰਸਤੇ 'ਚ ਅਸੀਂ ਰੁਕੇ ਸੀਗੇ ਪਿਛਲੇ ਦੋ ਥੋੜ੍ਹਾ ਜਿਹਾ ਪਿੱਛੇ ਰੁਕੇ ਸੀਗੇ ਕਿਉਂਕਿ ਸਾਨੂੰ ਇਹ ਸੀਗਾ ਚਲੋ ਅਸੀਂ ਜਿੰਮ ਵਗੈਰਾ ਲਾ ਲੈਂਦੇ ਹਾਂ ਨਾ ਅਤੇ ਜਿੰਮ ਅਸੀਂ ਲਾ ਲੈਂਦੇ ਹੁਣ ਜਿਵੇਂ 5 ਦਿਨ ਡਰਾਈਵ ਕਰਦੇ ਹਾਂ 3 ਦਿਨ ਸਾਡਾ ਹੁੰਦਾ ਟਾਰਗੇਟ ਵੀ ਆਪਾਂ 3 ਦਿਨ ਜਿੰਮ ਲਾਉਣੀ ਲਾਉਣੀ ਆ ਅਤੇ ਥੋੜ੍ਹਾ ਜਿਹਾ ਹੁੰਦਾ ਫਿਟਨੈਸ ਬਣੀ ਰਹਿੰਦੀ ਇਹਦੇ ਨਾਲ ਫਿਟਨੈਸ ਸਭ ਤੋਂ ਵੱਧ ਜ਼ਰੂਰੀ ਹੈ ਜਦੋਂ ਆਪਾਂ ਟਰੱਕ ਚਲਾਉਂਦੇ ਆ ਅਤੇ ਤਾਂ ਕਰਕੇ ਉੱਥੇ ਰੁਕੇ ਪਰ ਉੱਥੇ ਪ੍ਰੋਬਲਮ ਇਹ ਆਈ ਵੀ ਸਾਨੂੰ ਪਾਰਕਿੰਗ ਨਹੀਂ ਮਿਲੀ ਸੰਡੇ ਸੀਗਾ ਸੰਡੇ ਹੋਣ ਕਰਕੇ ਪਲਾਜ਼ਿਆਂ ਦੇ ਵਿੱਚ ਫੁੱਲ ਸੀਗੀਆਂ ਪਾਰਕਿੰਗ ਅਤੇ ਉਹ ਤਾਂ ਕਰਕੇ ਉੱਥੇ ਥੋੜ੍ਹੀ ਜਿਹੀ ਪ੍ਰੋਬਲਮ ਆਈ ਜਿੰਮ 'ਚ ਚਲੇ ਗਏ ਬਟ ਸਾਨੂੰ ਬਾਅਦ 'ਚ ਕਾਲ ਆ ਗਈ ਕੰਪਨੀ ਦੀ ਕਹਿੰਦੇ ਵੀ ਉੱਥੇ ਤੁਹਾਨੂੰ ਕੋਈ ਕਾਲ ਕਰ ਰਿਹਾ ਹੈਗਾ ਤੁਹਾਡਾ ਟਰੱਕ ਟੋ ਕਰ ਰਹੇ ਆ ਅਤੇ ਉਹ ਅਸੀਂ ਭੱਜ ਕੇ ਆਏ ਅਤੇ ਚਲੋ ਉੱਥੇ ਕੋਈ ਹੈ ਨਹੀਂ ਸੀ ਵੈਸੇ ਕਿਸੇ ਨੇ ਕੰਪਲੇਂਟ ਕਰਤੀ ਟਰੱਕ ਖੜਾ ਦੇਖ ਕੇ ਅਤੇ ਹੁਣ ਦੇਖਦੇ ਹਾਂ ਅੱਗੇ ਚੱਲ ਕੇ ਆਪਾਂ ਕਿਉਂਕਿ ਕੱਲ੍ਹ ਨੂੰ ਵੀਕਡੇ ਸ਼ੁਰੂ ਹੋ ਜਾਣਾ ਮੰਡੇ ਹੋ ਜਾਣਾ ਅਤੇ ਹੁਣ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਗੀ ਪਾਰਕਿੰਗ ਦੀ ਕਿਤੇ ਵੀ ਅਤੇ ਅੱਜ ਹੁਣ ਆਪਾਂ ਇੱਕ ਵਾਰੀ ਨਿਗਾਹ ਮਾਰ ਲਈਏ ਟਰੱਕ 'ਤੇ ਕਿਉਂਕਿ ਜਿੱਥੇ ਵੀ ਰੁਕਦੇ ਹੁੰਦੇ ਹਾਂ ਅਸੀਂ ਟਰੱਕ ਇੱਕ ਵਾਰੀ ਨਿਗਾਹ ਮਾਰ ਲੈਂਦੇ ਹਾਂ ਚਾਰ ਸਪਰੇ ਟਾਇਰ ਵਗੈਰਾ ਚੈੱਕ ਕਰ ਲੈਂਦੇ ਹਾਂ ਏਅਰ ਵਗੈਰਾ ਹਥੌੜੀ ਲਈਏ ਚੱਕ ਆਪਾਂ ਅਤੇ ਸਾਰੇ ਟਾਇਰ ਚੈੱਕ ਕਰ ਲਈਏ ਇੱਕ ਵਾਰੀ ਪਤਾ ਲੱਗ ਜਾਂਦਾ ਵੀ ਕਈ ਵਾਰੀ ਕੋਈ ਟਾਇਰ ਪੈਂਚਰ ਪੁੰਚਰ ਨਾ ਹੋ ਜਾਵੇ ਜਾਂ ਹੋਰ ਕੁਛ ਅਤੇ ਫਿਫਥ ਵੀਲ ਦਾ ਲੋਕ ਵਗੈਰਾ ਚੈੱਕ ਕਰ ਲੈਂਦੇ ਹੁੰਦੇ ਆਪਾਂ ਤੇਲ ਆਪਣੇ ਕੋਲ ਹਲੇ ਬਹੁਤ ਆ ਦੇਖ ਤਾਂ ਰਿਹਾ ਨਹੀਂ ਹੈ ਕਿਉਂਕਿ ਤੇਲ ਜਿਹਾ ਕਾਫੀ ਆਇਆ ਪਿਆ ਪਰ ਬਹੁਤ ਆ ਹਲੇ ਕਿਉਂਕਿ ਆਪਾਂ ਇਹਨੂੰ ਸਟਾਰਟ ਸਟੋਪ 'ਤੇ ਲਾਇਆ ਹੋਇਆ ਮੈਨ ਸਟੈਂਡ 'ਤੇ ਸੈੱਟ ਕੀਤਾ ਜੋ ਜਦੋਂ ਵੀ ਇਹ ਟੈਂਪਰੇਚਰ ਮੈਨ ਸਟੈਂਡ ਤੋਂ ਥੱਲੇ ਜਾਂਦਾ ਤਾਂ ਇਹ ਆਟੋਮੈਟਿਕਲੀ ਬੰਦ ਹੋ ਜਾਂਦਾ ਗਾ ਅਤੇ ਬੰਦ ਹੋਣ ਤੋਂ ਬਾਅਦ ਜਦੋਂ ਉਹ ਫਿਰ ਸਟੈਂਡ ਤੋਂ ਉੱਪਰ ਮੈਨ ਸਟੈਂਡ ਤੋਂ ਉੱਪਰ ਆਉਣ ਦਾ ਟੈਂਪਰੇਚਰ ਤਾਂ ਆਟੋਮੈਟਿਕਲੀ ਸਟਾਰਟ ਹੋ ਜਾਂਦਾ ਪਿੱਛੋਂ ਡੋਰ ਵਗੈਰਾ ਚੈੱਕ ਕਰ ਲਿਆ ਅਤੇ ਕਿਉਂਕਿ ਇਹ ਹੁੰਦਾ ਕਈ ਵਾਰੀ ਕੋਈ ਚੱਲ ਕੇ ਵਾਈਬ੍ਰੇਸ਼ਨ ਕਰਦਾ ਗਾ ਕੋਈ ਲੋਕ ਲੋਕ ਕਈ ਵਾਰੀ ਪ੍ਰੋਪਰਲੀ ਲੱਗਿਆ ਨਹੀਂ ਹੁੰਦਾ ਡੋਰ ਖੁੱਲ੍ਹਣ ਦੇ ਵੀ ਡਰ ਰਹਿੰਦਾ ਗਾ ਅਤੇ ਟਾਇਰਾਂ 'ਤੇ ਆਪਾਂ ਸਾਰਿਆਂ 'ਤੇ ਮਾਰ ਲਈਏ ਇੱਕ ਵਾਰੀ ਬਾਕੀ ਇਹਦੇ ਆਪਾਂ ਇੱਕ ਵਾਰੀ ਲਾਈਟਾਂ ਚੈੱਕ ਕਰ ਲਈਏ ਸਾਰੇ ਫੋਰ ਵੇ ਫਲੈਸ਼ਰ ਲੈਫਟ ਰਾਈਟ ਟਰਨ ਸਿਗਨਲ ਫਰੰਟ ਲਾਈਟਾਂ ਫੋਗ ਲੈਂਪ ਸਾਰਾ ਕੁਝ ਚੈੱਕ ਕਰ ਜਿੰਮ ਦੇ ਵਿੱਚ ਹੈਸਪੇਰੀਆ ਕੈਲੀਫੋਰਨੀਆ ਹੈਸਪੇਰੀਆ ਟਾਊਨ ਸਿਟੀ ਦਾ ਨਾਮ ਆ ਜਿੱਥੇ ਆਪਾਂ ਹੈਗੇ ਹਾਂ ਅਤੇ ਇਹ ਹੁੰਦਾ ਵੀ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਅਸੀਂ 3 ਦਿਨ ਲਾਉਣੇ ਹੀ ਹੈਗੇ 5 ਦਿਨਾਂ ਦੇ ਵਿੱਚੋਂ ਅਤੇ 1-2 ਦਿਨ ਬਸ ਅਸੀਂ ਲੋਕ ਘਰੇ ਜਾਂਦੇ ਉਦੋਂ 1 ਦਿਨ ਉਦੋਂ ਵਾਲੇ ਦੇ ਯਾਨੀ ਕਿ ਵੀਕ ਦੇ ਵਿੱਚ 4 ਦਿਨ ਦਾ ਟਾਰਗੇਟ ਹੁੰਦਾ ਗਾ ਇਹਦੇ ਨਾਲ ਇਹ ਆ ਵੀ ਜਿਵੇਂ ਫਿਟਨੈਸ ਜੀ ਬਣੀ ਰਹਿੰਦੀ ਹੈਗੀ ਕਿਉਂਕਿ ਮਨਦੀਪ ਨੂੰ ਤਾਂ ਬਹੁਤ ਟਾਈਮ ਹੋ ਗਿਆ ਲਾਉਂਦੇ ਨੂੰ ਅਤੇ
मैं भी ये तो इंस्पायर होकर शुरू की है तो तुम देख लो ढिड ढुड जमा है नहीं गा ट्रक चलाने है तो इधर तो ऐप उप बनाई फिर पूरे चलो अपनी भी प्रैक्टिस जारी है तो आप भी एक दिन बनावे तो हूँ आप करते हैं प्रैक्टिस लाने घंटा फिर आप नहा नू के चलते हैं ट्रक आप पार्क करता से बहर तो हूँ आप सीधे आप डिलीवरी पर मिलेंगे उत्थे ही करा आप गलबात करें लोकेशन पर आप आ गए हैं कि वैसे तो अपनी अपॉइंटमेंट है 6 बजे की पर हजे तो पौने 4 हुए हैं तो पुछते हैं जो डिलीवरी जल्दी करवा ली तो ठीक है नहीं पर सामने इतने पार्किंग चला के इतने आप वेट कर लाँगे तो बैठ जाएंगे फिर उत्तर 6 बजे तक पुछते हैं बाकी इन्होंने की कहते हैं एंटर आप हो गए से अंदर उन्हें एंटर तो होने देता आप क्योंकि गेट तो नहीं कुछ ज़्यादा पुछते होंगे भी तो कहता ग्रीन लाइन क्योंकि वेयर हाउस बहुत ज़्यादा वड्डा है तो ग्रीन लाइन फॉलो करो कहता जिग जिग बहुत है तो बस तुम ग्रीन लाइन ना छोड़ो तो ट्रक आपका ले जाओ जितों तक लाइन थोड़ू लैके जाओ कहता उस तक ले जाओ जितने मुक के उत्थे ट्रक रोक लियो तो फिर आप उन्होंने देते हैं डॉक्यूमेंट एक तो नंबर लिखा हुआ कहता चेक इन वास्ते तो कॉल करनी है तो एक गेट पास देता आप कहता एक गवाना नहीं थोड़ा गेट पास वापस जाओगे गेट से दोबारा जमा करवाना पड़ेगा तो बाकी हम चलते हैं क्योंकि अभी आप उलझे जी फिरते हैं सानू आप नहीं पता लग रहा भी जाना कि पास आ ग्रीन लाइन ही असं फॉलो करी जाने तो चलते जो फिर अगर लैके जाओ फिर उत्तर रोक देंगे डिलीवरी है 6 बजे जे तो जल्दी होगी तो ठीक है नहीं फिर 2 घंटे वेट करा क्योंकि 4 बजे आ फिर बाकी होर तो कोई अपने कोई ऑप्शन ही नहीं है लाता सीगा ट्रक नूं बैक करके तो टाइम अराउंड हो गया 7:30 का तो कॉल इन्हां दी आ गई है कहिंदे सील ब्रेक करके तो तुसीं डोर खोल के तो बैक करके ला दिओ डोर ते अनलोड करना स्टार्ट कर दिओ रीफर अपना -10 ते करके छड्डिया होया सीगा ते आ देख लो अंदर बर्फ जमाई पई है ने वैसे तो आप स्टार स्टॉप पर लाया हुआ स्टार्ट हो जाता स्टॉप हो जाता ऑटोमैटिकली ज़्यादा कोल्ड नहीं करता सीगा बट फिर भी -10 बहुत होंदा मौसम भी ठंडा गा हूँ तो वो करके अंदर आह स्नो जमाई पड़ी है तो आह अपना लोड सीगा जिहड़ा आप लैके आए थे इस बेकरी दी आइटम सारिया तो हुण आप इहनू करदे आ अनलोड तो फिर आप डिलीवरी अपनी डन हो गई है कि ट्रेलर अनलोड हो गया अपना आप हुण चलते हैं ट्रक स्टॉप पर उत्थे जाके सौवांगे क्योंकि यह भी अपन पिकअप नहीं हाले तक कन्फर्म हुई भी कितों करनी है तो डिस्पैच अपन मॉर्निंग दसूगी भी कदों करनी है तो कितों पिकअप अपनी होगी तो करके एक बार हुण किसी ट्रक स्टॉप पर चले जाने उत्थे पै जाने जाके तो ब्लॉग भी अपना अज्ज दा इत्थे ही आपां कर लगे एंड जिहड़ा अपना ब्लॉग सीगा
तो नव ब्लॉग आप कल शुरू करा तो बाकी थोड़ा किमें लगे ब्लॉग कमेंट करके जरूर दस दौ चैनल सबसक्राइब कर लियो तो वधिया लग्या तो लाइक भी कर दौ। धन्यवाद सारे का।